ਸੱਚੀ ਗੱਲ ਜੀ ਸਾਰਿਆਂ ਨੂੰ ਤੁਸੀਂ ਸੁਣੋ ਜੀ ਕੁਲਵਿੰਦਰ ਸਿੰਘ ਦੇ ਨਾਲ ਟਾਲਿੰਗ ਖ਼ਬਰ ਪੰਜਾਬੀ ਦੇ ਵਿੱਚ ਅੱਜ ਦੀਆਂ ਸਵੇਰ ਦੀਆਂ ਖ਼ਬਰਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਦੇਖਦੇ ਹਾਂ ਜੀ ਦੁਨੀਆ ਦੇ ਵਿੱਚ ਇਸ ਟਾਈਮ ਟੋਟਲ ਕੇਸ ਕਿੰਨੇ ਹੋ ਗਏ ਨੇ ਆਪਣੀਆਂ ਖ਼ਬਰਾਂ ਤੋਂ ਪਹਿਲਾਂ 17,77,515 ਟੋਟਲ ਕੇਸ ਹੋ ਚੁੱਕੇ ਨੇ ਇਸ ਟਾਈਮ ਅ 4,4236 ਬੰਦੇ ਠੀਕ ਹੋ ਚੁੱਕੇ ਨੇ ਅਤੇ 1,08,862 ਬੰਦਿਆਂ ਦੀ ਹੋ ਚੁੱਕੀ ਹੈ ਮੌਤ ਇਟਲੀ ਦੇ ਵਿੱਚ 1,55,271 ਕੇਸ ਅਮਰੀਕਾ ਦੇ ਵਿੱਚ 533378 ਸਪੇਨ ਦੇ ਵਿੱਚ 163027 ਜਰਮਨੀ 125452 ਫਰਾਂਸ 1399790 ਚਾਈਨਾ ਦੇ ਵਿੱਚ 8208552 ਈਰਾਨ ਦੇ ਵਿੱਚ 70000 ਬੈਲਜੀਅਮ ਵਿੱਚ 28018 ਕੈਨੇਡਾ ਦੇ ਵਿੱਚ 22318 ਇੰਡੀਆ ਦੇ ਵਿੱਚ 8356 ਕੇਸ ਹੋ ਚੁੱਕੇ ਨੇ ਤੇ ਪਾਕਿਸਤਾਨ ਦੇ ਵਿੱਚ ਦੇਖੀਏ ਪਾਕਿਸਤਾਨ ਦੇ ਵਿੱਚ 5038 ਕੇਸ 1026 ਬੰਦਾ ਠੀਕ ਅਤੇ 86 ਬੰਦਿਆਂ ਦੀ ਹੋ ਚੁੱਕੀ ਹੈ ਮੌਤ ਇੰਡੀਆ ਦੇ ਵਿੱਚ 8356 ਕੇਸਾਂ ਦੇ ਨਾਲ 716 ਬੰਦੇ ਠੀਕ ਅਤੇ 273 ਬੰਦਿਆਂ ਦੀ ਹੋ ਚੁੱਕੀ ਹੈ ਮੌਤ ਹੁਣ ਦੇਖਦੇ ਹਾਂ ਜੀ ਅੱਜ ਦੀਆਂ ਮੁੱਖ ਖਬਰਾਂ ਉੱਤੇ ਇੱਕ ਨਜ਼ਰ ਮਾਰਦੇ ਹਾਂ ਇਡਲੀ ਦੇ ਨਿਯਮਾਂ ਦੇ ਅਨੁਸਾਰ ਜੇ ਕੋਈ ਜੇ ਕਿਸੇ ਵੀ ਪਾਸੇ ਐਕਸੀਡੈਂਟ ਹੁੰਦਾ ਚਾਹੇ ਤੁਸੀਂ ਐਕਸੀਡੈਂਟ ਕੀਤਾ ਜਾਂ ਫਿਰ ਤੁਸੀਂ ਐਕਸੀਡੈਂਟ ਦੇ ਵਿਟਨੈਸ ਹੋ ਤੇ ਤੁਸੀਂ ਉਸ ਜਗ੍ਹਾ ਤੋਂ ਚੱਲ ਜਾਂਦੇ ਹੋ ਜਿਸ ਜ਼ਖਮੀ ਬੰਦੇ ਦੀ ਹੈਲਪ ਨਹੀਂ ਕਰਦੇ ਤਾਂ ਤੁਸੀਂ ਵੀ ਗੁਨੇਗਾਰ ਹੋ ਤੁਸੀਂ ਵੀ ਪੂਰੇ ਹੱਕਦਾਰ ਹੋ ਸਜ਼ਾ ਪਾਤਰ ਦੇ ਇਦਾਂ ਹੀ ਕੁਝ ਵਾਰੀ ਪਲੈਰਮਨ ਦੇ ਵਿੱਚ ਐਕਸੀਡੈਂਟ ਹੁੰਦਾ ਜੀ ਮੁੰਡਾ ਕੁੜੀ ਗੱਡੀ ਦੇ ਵਿੱਚ ਬੈਠੇ ਆ ਤੇ ਉਹ ਦੇਖਦੇ ਆ ਬੰਦੇ ਦਾ ਐਕਸੀਡੈਂਟ ਹੁੰਦਾ ਤੇ ਉੱਥੋਂ ਗੱਡੀ ਲੈ ਕੇ ਫਰਾਰ ਹੋ ਜਾਂਦੇ ਇਹ ਸਾਰੀਆਂ ਤਸਵੀਰਾਂ ਉਥੇ ਨਾਲ ਇੱਕ ਦੁਕਾਨ ਦੇ ਵਿੱਚ ਲੱਗੇ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜੰਨੀਆਂ ਨੇ ਪੁਲਿਸ ਵਾਲਿਆਂ ਨੇ ਬਹੁਤ ਹੀ ਛੇਤੀ ਉਹਨਾਂ ਬੰਦੇ ਤੱਕ ਪਹੁੰਚ ਜਾਣਾ ਸੀ ਪਰ ਉਹ ਜਿਹੜਾ ਬੰਦਾ ਗੱਡੀ ਚਲਾ ਰਿਹਾ ਹੁੰਦਾ ਜਦੋਂ ਪੁਲਿਸ ਵਾਲੇ ਉੱਥੇ ਆ ਕੇ ਚੈਕਿੰਗ ਹੀ ਕਰ ਰਹੇ ਹੁੰਦੇ ਸਾਡੀ ਜਾਣ ਪੜਤਾਲ ਕਰ ਰਹੇ ਨੇ ਤਾਂ ਉਹ ਬੰਦਾ ਉੱਥੇ ਪਹੁੰਚ ਜਾਂਦਾ ਕਿ ਐਕਸੀਡੈਂਟ ਬਿੱਲੇ ਗੱਡੀ ਮੈਂ ਚਲਾ ਰਿਆ ਸੀ ਬਾਕੀ ਹੁਣ ساری ਜਾਂਚ ਚੱਲ ਰਹੀ ਹੈ ਜੀ ਉਹ ਕਿਉਂ ਭੱਜੇ ਨੇ ਕੀ ਕਾਰਨ ਸੀ ਉਹਨਾਂ ਦਾ ਭੱਜਣ ਦਾ ਉਹ ਬੰਦਾ ਇਕੱਲਾ ਕਿਉਂ ਆਇਆ ਉਹਦੇ ਸਿਰ ਇਰਾਦਾ ਕਤਲ ਅਤੇ ਜ਼ਖਮੀ ਨੂੰ ਸੜਕ ਉੱਤੇ ਛੱਡ ਰ ਕੇ ਫਰਾਰ ਹੋਣ ਦਾ ਕੇਸ ਪੈਣਾ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਈਸਟਰ ਦੇ ਵਜh ਅੱਜ ਈਸਟਰ ਮਨਾਇਆ ਜਾ ਰਿਹਾ ਜੀ ਪਾਸਕਵਾ ਮਨਾਇਆ ਜਾ ਰਿਹਾ ਪਾਸਕੋ ਦੇ ਵਿੱਚ ਈਸਾਈ ਧਰਮ ਦੇ ਵਿੱਚ ਜਿੰਨੇ ਵੀ ਬੱਚੇ ਨੇ ਜਿੰਨੇ ਵੀ ਬਜ਼ੁਰਗ ਨੇ ਜਾਂ ਬੱਚੇ ਨੇ ਸਾਰੇ ਇੱਕ ਦੂਜੇ ਨੂੰ ਆਂਡੇ ਦਿੰਦੇ ਨੇ ਛੋਟੇ ਆਂਡੇ ਜਾਂ ਕੋਈ ਚੌਕਲੇਟ ਦੇ ਆਂਡੇ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਨਿਕਲਦਾ ਜਾਂ ਫਿਰ オリジナル ਆਂਡੇ ਅਸਲੀ ਆਂਡੇ ਨੂੰ ਰੰਗ ਬਰੰਗਾ ਕਰਕੇ ਦਿੰਦੇ ਨੇ ਅਲੇ ਸੰਧਰੀਏ ਦੇ ਵਿੱਚ ਬੱਚਿਆਂ ਦਾ ਹਸਪਤਾਲਾਂ ਚੀਜ਼ ਜਿਹੜੇ ਅਰੀ ਕੋ ਜਿਹੜਾ ਅਲੇ ਸੰਧਰੀਏ ਦੇ ਵਿੱਚ ਉਸੇ ਕਾਰਾਬੀਨ ਯੇਰੀ ਪੁਲਿਸ ਵਾਲਿਆਂ ਨੇ 40 ਆਂਡੇ ਦਿੱਤੇ ਉੱਥੇ ਜਿਹੜੇ ਬੱਚੇ ਦਾਖਲ ਨੇ ਅਤੇ ਜਿਹੜੇ ਉੱਥੇ ਬੰਦੇ ਕੰਮ ਕਰ ਰਹੇ ਨੇ ਇਹ ਜਿਹੜਾ ਪਾਸਕਵਾ ਮਨਾਇਆ ਜਾ ਰਿਹਾ ਜੀ ਇਹ ਤਾਂ ਕਰਕੇ ਮਨਾਇਆ ਜਾ ਰਿਹਾ ਕਿ ਇਸਾਈ ਧਰਮ ਦੇ ਅਨੁਸਾਰ ਜੇ ਦੇਖਿਆ ਜਾਵੇ ਬਹੁਤ ਹੀ ਅਹਿਮ ਇਹਨਾਂ ਦਾ ਇੱਕ ਬਹੁਤ ਹੀ ਅਹਿਮ ਫੈਸਲਾ ਬਹੁਤ ਹੀ ਅਹਿਮ ਤਿਉਹਾਰ ਬਹੁਤ ਹੀ ਇਹਨਾਂ ਦਾ ਮਹੱਤਵਪੂਰਨ ਦਿਨਵਾ ਜੀ ਇਸਾਈ ਧਰਮ ਦੇ ਵਿੱਚ ਨਤਾਲੇ ਅਤੇ ਪਾਸਕਵਾ ਦੋ ਐਸੇ ਦਿਨ ਨੇ ਜੋ ਕਿ ਬਹੁਤ ਹੀ ਜਸ਼ਨਾਂ ਜੋਰਾਂ ਸ਼ੋਰਾਂ ਦੇ ਨਾਲ ਮਨਾਏ ਜਾਂਦੇ ਨੇ ਤੇ ਬਾਸਕਾ ਦੇ ਵਿੱਚ ਮੰਨਿਆ ਜਾ ਰਿਹਾ ਜੀ ਕਿ ਜਦੋਂ ਇਹਨਾਂ ਦੇ ਜਿਹੜੇ ਜਿਸੂ ਜਿਸੂ ਮਸੀਹ ਕੇ ਤੀਸਰੇ ਦਿਨ ਜਦੋਂ ਉਹਨਾਂ ਨੂੰ ਸੂਲੀ ਤੇ ਚੜਾ ਦਿੱਤਾ ਗਿਆ ਸੀ ਤਾਂ ਤੀਸਰੇ ਦਿਨ ਉਹ ਦੁਬਾਰਾ ਜੀ ਉੱਠੇ ਸੀਗੇ ਇਹਨਾਂ ਦੇ ईसाई ਧਰਮ ਦੇ ਵਿੱਚ ਇਸ ਲਈ ਇਸ ਪਾਸਕਾ ਨੂੰ ਉਸ ਖੁਸ਼ੀ ਦੇ ਵਿੱਚ ਵੀ ਮਨਾਇਆ ਜਾਂਦਾ ਤੇ ਅੰਡੇ ਇੱਕ ਜੀਵਨ ਦਾਣ ਦੁਬਾਰਾ ਬੰਦੇ ਦੀ ਜਿਹੜੀ ਦੁਬਾਰਾ ਜੀਂਦਾ ਹੋਣਾ ਉਸ ਚੀਜ਼ ਨੂੰ ਦਰਸਾਉਂਦਾ ਤੇ ਕਾਫੀ ਇਹਦੇ ਲਈ ਮਾਨਤਾਵਾਂ ਕਾਫੀ ਨੇ ਆਂਡਿਆਂ ਲਈ ਵੀ ਸਿਆਣਾ ਤੋਂ ਬਾਅਦ ਗਰਮੀਆਂ ਬਸੰਤ ਰੁੱਝ ਦੀ ਸ਼ੁਰੂਆਤ ਹੁੰਦੀ ਆ ਬਹੁਤ ਚੀਜ਼ਾਂ ਸਾਰੀਆਂ ਲਿਖੀ ਜਾਂਦੀਆਂ ਪਰ ਇਟਲੀ ਦੇ ਵਿੱਚ ਇਸਾਈ ਧਰਮ ਦੇ ਵਿੱਚ ਇਹ ਅੰਡਾ ਇਸ ਕਰਕੇ ਦਿੱਤੇ ਜਾਂਦੇ ਆ ਕਿ ਜਿਹੜਾ ਤੀਸਰਾ ਦਿਨ ਉਹਨੂੰ ਯਾਦ ਰੱਖਣ ਦੇ ਲਈ ਬਾਕੀ ਤੁਸੀਂ ਸਾਰੇ ਜਿਨ੍ਹਾਂ ਨੂੰ ਕੋਈ ਹੋਰ ਇਹਦੇ ਬਾਰੇ ਜ਼ਿਆਦਾ ਇਨਫੋਰਮੇਸ਼ਨ ਸਾਨੂੰ ਕਮੈਂਟ ਵਿੱਚ ਲਿਖੀ ਜਰੂਰ ਦੱਸਿਓ ਕਿ ਇਸਾਈ ਧਰਮ ਬਾਰੇ ਸਾਨੂੰ ਇੰਨਾ ਨਹੀਂ ਪਤਾ ਅਸੀਂ ਸਰਚ ਜਰੂਰ ਕਰਾਂ ਚੱਲਦੇ ਆ ਆਪਣੀਆਂ ਅਗਲੀਆਂ ਖਬਰਾਂ ਵੱਲ ਜੀ ਪ੍ਰੋਵਿੰਸਾ ਦੇ ਇਲਾਕੇ ਦੇ ਵਿੱਚ ਇੱਕ ਨਵੀਂ ਖਬਰ ਇੱਕ ਖਬਰ ਸਾਹਮਣੇ ਆਈ ਹੈ ਜੀ ਉਸ ਖਬਰ ਦੇ ਸਾਹਮਣੇ ਇੱਕ 8 ਮਹੀਨੇ ਦਾ ਬੱਚਾ ਕੁੱਤੇ ਦੇ ਕੱਟਣ ਕਰਕੇ ਹੋ ਗਈ ਉਹਦੀ ਮੌਤ ਜੀ ਸ਼ਾਮ ਦਾ ਟਾਈਮ ਸੀਗਾ ਆਪਣੀ ਮੰਮੀ ਅਤੇ ਦਾਦੀ ਦੇ ਨਾਲ ਆਪਣੇ ਪਾਰਕ ਦੇ ਵਿੱਚ ਆਪਣੇ ਗਾਰਡਨ ਦੇ ਵਿੱਚ ਬੱਚਾ ਖੇਡ ਰਿਹਾ ਸੀਗਾ ਛੋਟਾ ਜਿਹਾ ਬੱਚਾ ਸੀਗਾ ਤੇ ਉਹ ਉਸ ਵੇਲੇ ਹੀ ਜਿਹੜਾ ਘਰ ਵਿੱਚ ਹੀ ਰੱਖਿਆ ਹੋਇਆ ਇੱਕ ਕੁੱਤਾ ਆਂਦਾ ਤੇ ਉਹਦੇ ਜਿਹੜੇ ਸਿਰ ਉੱਤੇ ਦੰਦ ਮਾਰਦਾ ਨੂੰ ਵੱਢ ਦਿੰਦਾ ਤੇ ਉਹਦੇ ਨਾਲ ਹਸਪੀਟਲ ਵਿੱਚ ਲੈ ਕੇ ਜਾਇਆ ਜਾਂਦਾ ਪਰ ਜਿੰਨੇ ਜਲ ਉਹਦੇ ਤੱਕ ਪਹੁੰਚਦਾ ਤੇ ਮੁੰਡਾ ਉੱਥੇ ਜੀਂਦਾ ਨਹੀਂ ਪਹੁੰਚਦਾ ਸੀ ਉੱਥੇ ਹਰ ਕੋਸ਼ਿਸ਼ ਕੀਤੀ ਜਾਂਦੀ ਹੈ ਬੱਚੇ ਨੂੰ ਬਚਾਉਣ ਦੀ ਪਰ ਉਹ ਜਿਹੜਾ ਬੱਚਾ ਨਹੀਂ ਬਚ ਸਕਿਆ 8 ਮਹੀਨੇ ਦੇ ਬੱਚੇ ਨੂੰ ਕੁੱਤੇ ਦੇ ਕੱਟਣ ਕਰਕੇ ਹੋ ਗਈ ਜੀ ਮੌਤ ਚਾਈਨਾ ਦੇ ਵਿੱਚ ਸ਼ੁਰੂਆਤ ਹੋ ਗਈ ਹੈ ਜੀ ਦੁਬਾਰਾ ਸਿਚੁਏਸ਼ਨ ਜਿਹੜੇ ਹਾਲਾਤ ਨਾਜ਼ੁਕ ਹੋਣ ਨੇ ਸ਼ੁਰੂ ਹੋ ਗਏ ਨੇ ਕਿਉਂਕਿ 97 99 ਕੇ ਸਾਹਮਣੇ ਆਏ ਨੇ ਜੋ ਕਿ ਦੱਸਿਆ ਜਾ ਰਿਹਾ ਹੈ ਕਿ 97 ਤੇ 97 ਕੇ ਸੀ ਬਾਹਰਲੇ ਹੈ ਬਾਹਰੋਂ ਅ ਬਾਹਰਲੇ ਪਾਸਿਓ ਆ ਰਹੇ ਨੇ ਜਿਨ੍ਹਾਂ ਨੂੰ ਅਸੀਂ ਦੂਜੀ ਲਹਿਰ ਕਹ ਰਹੇ ਹਾਂ ਜੀ ਦੂਜੀ ਲਹਿਰ ਦੇ ਵਿੱਚ ਉਹ 97 ਬਾਰ ਆਏ ਨੇ ਤੇ ਹੁਣ ਸਰਕਾਰ ਆ ਜਿਹੜੀ ਹੋ ਸਕਦਾ ਇਹਨਾਂ ਦੂਜੀ ਲਹਿਰ ਨੂੰ ਰੋਕਣ ਦੇ ਲਈ ਵੀ ਕੋਈ ਠੋਸ ਕਦਮ ਜ਼ਰੂਰ ਚੱਕੂਗੀ ਇੰਡੀਆ ਵਿੱਚ ਦੇਖੇ ਤਾਂ ਲਾਸਟਲੀ 24 ਘੰਟਿਆਂ ਦੇ ਵਿੱਚ 34 ਬੰਦਿਆਂ ਦੀ ਹੋ ਚੁੱਕੀ ਹੈ ਮੌਤ ਇਸ ਮਹਾਮਾਰੀ ਦੇ ਨਾਲ ਤੇ 910 ਐਕਸਟਰਾ ਕੇਸ ਸਾਹਮਣੇ ਆਏ ਨੇ ਇੰਡੀਆ ਦੇ ਵਿੱਚ ਇਹ ਜਿਹੜਾ ਹੈਲਥ ਮਿਨਿਸਟਰੀ ਹੈ ਉਹਨਾਂ ਨੇ ਇਹ ਆંકੜੇ ਬਾਅਦ ਦੱਸੇ ਨੇ ਕਿ ਕੀ ਸਿਚੁਏਸ਼ਨ ਚੱਲ ਰਹੀ ਹੈ ਜੀ ਸਭ ਤੋਂ ਵੱਧ ਕਹਿਰ ਜੇ ਵਰਸ ਰਿਹਾ ਇਸ ਟਾਈਮ ਦਿੱਲੀ ਅਤੇ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਦਿਸਣ ਨੂੰ ਮਿਲ ਰਹੇ ਨੇ ਜੀ ਇਸ ਮਹਾਮਾਰੀ ਦੇ ਨਾਲ ਅਮਰੀਕਾ ਦੇ ਵਿੱਚ ਲਾਸਟਲੇ 24 ਘੰਟਿਆਂ ਵਿੱਚ 1920 ਬੰਦਿਆਂ ਦੀਆਂ ਹੋਈਆਂ ਮੌਤਾਂ ਜੋ ਕਿ ਜੌਨ ਹੌਪਕਿੰਸ ਯੂਨੀਵਰਸਿਟੀ ਬਰੋਨ ਹੀ ਦੱਸਿਆ ਗਿਆ ਜੀ ਤੇ ਇਸ ਟਾਈਮ ਦੱਸਿਆ ਮੰਨਿਆ ਜਾ ਰਿਹਾ ਕਿ ਅਮਰੀਕਾ ਦੀ ਹਿਸਟਰੀ ਵਿੱਚ ਪਹਿਲੀ ਵਾਰ ਇਦਾਂ ਹੋਇਆ ਕਿ ਉਹਨਾਂ ਨੂੰ ਇੱਕ ਕਾਲਾਮੀਤਾ ਦਾ ਨਾਮ ਦੇ ਦਿੱਤਾ ਗਿਆ ਕਿ ਇੱਕ ਕਹਿਰ ਆ ਗੁਜ਼ਰਤੀ ਕਹਿਰ ਜੋ ਵਾਰਸ ਰਿਹਾ ਜੀ ਉਸ ਚੀਜ਼ ਦਾ ਡਿਕਲੇਅਰ ਕੀਤਾ ਗਿਆ ਜੀ ਦੁਨੀਆ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਅਮਰੀਕਾ ਦੇ ਵਿੱਚ ਕਿ ਇੰਨੀ ਜ਼ਿਆਦਾ ਮੌਤਾਂ ਹੋ ਰਹੀਆਂ ਨੇ ਹਰ ਰੋਜ਼ ਮੌਤਾਂ ਹੋਈਆਂ ਇਹ ਤਕਰੀਬਨ 20000 ਦੀ ਜਿਹੜੀ ਗਿਣਤੀ ਆ ਪਾਰ ਕਰ ਚੁੱਕਾ ਜੀ ਅਮਰੀਕਾ ਇਸ ਦੇ ਨਾਲ ਅਮਰੀਕਾ ਬਣ ਗਿਆ ਜੀ ਦੁਨੀਆ ਦਾ ਸਭ ਤੋਂ ਵੱਧ ਇਸ ਮਹਾਮਾਰੀ ਨਾਲ ਕਹਿਰ ਦੇ ਨਾਲ ਲੰਘਣ ਵਾਲਾ ਦੇਸ਼ ਕਿਉਂਕਿ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਧ ਮੌਤਾਂ ਅਮਰੀਕਾ ਦੇ ਵਿੱਚ ਹੀ ਹੋਈਆਂ ਨੇ ਅਮਰੀਕਾ ਲਾਤੀਨਾ ਦੇ ਵਿੱਚ ਦੇਖੀ ਤਾਂ 60000 ਟੋਟਲ ਕੇਸ ਹੋ ਚੁੱਕੇ ਨੇ ਤੇ 2503 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਜੀ ਇਟਲੀ ਦੇ ਵਿੱਚ ਵੀ ਜਿਹੜੇ ਪੋਜ਼ਿਟਿਵ ਕੇਸਾਂ ਦੀ ਗਿਣਤੀ ਹੈ ਜੀ 1 ਲੱਖ ਦਾ ਜਿਹੜਾ ਆਂਕੜਾ ਪਾਰ ਕਰ ਚੁੱਕੀ ਹੈ ਜੀ ਤੇ ਲਾਸਟਲੇ 24 ਘੰਟਿਆਂ ਦੇ ਵਿੱਚ ਜਿਹੜੇ ਪੋਜ਼ਿਟਿਵ ਬੰਦੇ ਸੀਗੇ 1996 ਸਾਹਮਣੇ ਆਏ ਸੀਗੇ ਅਤੇ 619 ਬੰਦਿਆਂ ਦੀ ਮੌਤ ਹੋਈ ਸੀ అలਾਰਮ ਇਸ ਦਾ అలਾਰਮ ਜਾਰੀ ਕੀਤਾ ਗਿਆ ਜੀ ਸਪੈਸ਼ਲ ਮਿਲਾਨ ਦੇ ਲਈ ਜਿੱਥੇ ਮਿਲਾਨ ਦੀ ਜਿਹੜੀ ਸਿਚੁਏਸ਼ਨ ਬਹੁਤ ਹੀ ਨਾਜ਼ੁਕ ਹੋ ਰਹੀ ਹੈ ਕਿਉਂਕਿ ਉੱਥੇ ਜਿਹੜੇ ਕੇਸ ਆ ਕੇਸਾਂ ਦੀ ਗਿਣਤੀ ਡਬਲ ਹੋਈ ਜਾ ਰਹੀ ਹੈ ਜਰਮਨ ਦੇ ਵਿੱਚ 129 ਮੌਤਾਂ ਹੋ ਗਈਆਂ ਨੇ ਪਰ ਜਿਹੜੇ ਬੰਦੇ ਪੋਜ਼ਿਟਿਵ ਆ ਰਹੇ ਨੇ ਉਹ ਥੋੜੇ ਜਿਹਾ ਘੱਟ ਆ ਰਹੇ ਨੇ 2821 ਕੇਸ ਸਾਹਮਣੇ ਆਇਆ ਜੀ ਜਿਹਦੇ ਨਾਲ 120000 ਤੋਂ ਉੱਤੇ ਉਹਨਾਂ ਦੇ ਕੇਸਾਂ ਦੀ ਗਿਣਤੀ ਟੱਪ ਗਈ ਹੈ ਤੇ 129 ਬੰਦਿਆਂ ਦੀ ਹੋ ਚੁੱਕੀ ਹੈ ਜੀ ਮੌਤ ਇਹ ਜੋ ਉੱਥੇ ਦੀਆਂ ਸਰਕਾਰਾਂ ਨੇ ਜਿਹੜਾ ਆਫੀਸ਼ੀਅਲ ਡਾਟਾ ਦਿੱਤਾ ਜੀ ਉਹੀ ਦੱਸਿਆ ਜਾ ਰਿਹਾ ਹੈ। ਹੀਰਾ ਫੇਰੀ ਕਰਨ ਵਾਲੇ ਹੁਣ ਵੀ ਨਹੀਂ ਟੱਲ ਰਹੇ ਹੀਰਾ ਫੇਰੀ ਕਰਨ ਵਾਲੇ ਇਸ ਮੌਕੇ ਦਾ ਫਾਇਦਾ ਉਠਾਉਣ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੇ ਨੇ ਜੀ ਗੁਵਾਰਦਿਆਂ ਦੀ ਫਾਈਨਾਂਸਾਂ ਨੇ ਬਲੈਰਮੋ ਦੇ ਵਿੱਚ 53000 ਇਦਾਂ ਦੀਆਂ ਚੀਜ਼ਾਂ ਫੜੀਆਂ ਜੋ ਕਿ ਸਰਕਾਰ ਵੱਲੋਂ ਇਜਾਜ਼ਤ ਨਹੀਂ ਸੀ ਜਿਸ ਤਰ੍ਹਾਂ ਦੇ ਵਿੱਚ 마스크ਰੇ ਹੋ ਸਕਦੇ ਕੋ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਜੋ ਕਿ ਬੰਦੇ ਨੇ ਯੂਜ਼ ਕਰਨੀਆਂ ਹੁੰਦੀਆਂ ਇਸ ਮਹਾਮਾਰੀ ਤੋਂ ਬਚਣ ਲਈ ਉਹ ਸਾਰਾ ਹੀ ਆਪਣੇ ਕੋਲ ਹੀ 2 ਨੰਬਰ ਤੇ ਬਣਾਇਆ ਹੋਇਆ ਸਮਾਨ ਸੀ ਜੋ ਕਿ ਗਵਾਰਡੀਆ ਦੀ ਫਾਈਨਾਂਸਰ ਨੇ ਪਲੇਰਮੋਂ ਦੇ ਵਿੱਚ ਉਹਨਾਂ ਨੂੰ ਫੜਿਆ ਜਾਏਗਾ ਇਹ ਇੱਕ ਬਹੁਤ ਹੀ ਗਲਤ ਚੀਜ਼ ਹੈ ਜੋ ਕਿ ਲੋਕ ਇਸ ਦਾ ਨਾ ਸਿਚੁਏਸ਼ਨ ਦਾ ਫਾਇਦਾ ਉਠਾ ਰਹੇ ਨੇ ਇੰਡੋਨੇਸ਼ੀਆ ਦੇ ਵਿੱਚ ਨਵੇਂ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਸ਼ਕੰਜਾ ਕੱਸਿਆ ਜਾ ਰਿਹਾ ਜੀ ਪਾਬੰਦੀਆਂ ਨਵੀਆਂ ਲਾਈਆਂ ਜਾ ਰਹੀਆਂ ਨੇ ਕਿ ਬੰਦੇ ਬੱਸਾਂ ਟ੍ਰੇਨਾਂ ਜਿੱਥੇ ਵੀ ਜਾਣੇ ਨੇ ਜਿਹੜੀਆਂ ਬੁੱਕ ਕੀਤੀਆਂ ਨੇ ਉਹਨਾਂ ਦੇ ਵਿੱਚ ਹੀ ਜਾ ਸਕਦੇ ਨੇ ਇੱਕ ਗੱਡੀ ਦੇ ਵਿੱਚ ਦੋ ਬੰਦੇ ਤੇ ਮੋਟਰਸਾਈਕਲ ਜਾਂ ਸਕੂਟਰਾਂ ਉੱਤੇ ਸਿਰਫ ਇੱਕ ਹੀ ਬੰਦਾ ਜਾ ਸਕਦਾ ਹੈ ਤਕਰੀਬਨ ਜੋ ਇਟਲੀ ਦੇ ਵਿੱਚ ਪਾਬੰਦੀਆਂ ਨੇ ਉਹੀ ਪਾਬੰਦੀਆਂ ਹੁਣ ਇੰਡੋਨੇਸ਼ੀਆ ਦੇ ਵਿੱਚ ਵੀ ਲਾਗੂ ਹੋਣ ਜਾ ਰਹੀਆਂ ਨੇ ਤਾਂ ਜੋ ਇਸ ਮਹਾਮਾਰੀ ਨੂੰ ਰੋਕਿਆ ਜਾਵੇ ਕਾਬੂ ਪਾ ਜਾਵੇ ਪਾਇਆ ਜਾ ਸਕੇ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਜੀ ਜਰਮਨ ਦੀ ਇੱਕ ਨਿਊਜ਼ਪੇਪਰ ਦੇ ਇੰਟਰਵਿਊ ਦੇ ਵਿੱਚ ਵੋਨ ਦੇ ਮਾਰ ਨੇ ਇੱਕ ਗੱਲ ਕਹੀ ਹੈ ਜੀ ਵੋਨ ਦੇ ਲੇਰ ਨੇ ਕਹਿੰਦੇ ਜਿਹੜੇ ਸਿਆਣੇ ਨੇ ਇਹਨਾਂ ਨੂੰ ਇਜ਼ੋਲਾਮੈਂਟੋ ਦੇ ਵਿੱਚ ਕਰ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆਣਾ ਰੱਖਿਆ ਜਾਣਾ ਚਾਹੀਦਾ ਕਿੰਨੇ ਟਾਈਮਸ ਲਈ ਪੂਰੇ ਸਾਲ ਦੇ ਲਈ ਹੀ ਨਜ਼ਰਬੰਦ ਕੀਤੇ ਜਾਣੇ ਚਾਹੀਦੇ ਕਿਉਂਕਿ ਸਭ ਤੋਂ ਵੱਧ ਖਤਰਾ ਅਗਰ ਹੈ ਤਾਂ ਜਿਹੜੇ ਸਿਆਣੇ ਨੇ ਇਹਨਾਂ ਨੂੰ ਹੈ ਜੀ ਕਿਉਂਕਿ ਕਿਸੇ ਵੀ ਪਾਸਿਓਂ ਆ ਵਾਇਰਸ ਦੇ ਸ਼ਿਕਾਰ ਹੋ ਸਕਦੇ ਨੇ ਮਿਲਾਨ ਦੇ ਵਿੱਚ 14413 ਕੰਟਰੋਲ ਹੋਏ ਨੇ ਜਿਨ੍ਹਾਂ ਦੇ ਵਿੱਚ 546 ਹਾਂਜੀ 500 sorry, 500 ਸੌਰੀ 564 ਬੰਦੇ ਨੂੰ ਹੋ ਚੁੱਕਿਆ ਜੀ ਜਰਮਾਨਾ ਰਸ਼ੀਆ ਦੇ ਵਿੱਚ ਬਹੁਤ ਹੀ ਮਾੜਾ ਦਿਨ ਉੱਥੇ 2186 ਬੰਦੇ ਪਹਿਲੀ ਵਾਰ ਹੋਏ ਨੇ ਕਿ ਐਨੀ ਐਨੀ ਜਿਹੜੀ ਗਿਣਤੀਆਂ ਰਸ਼ੀਆ ਦੇ ਵਿੱਚ ਸਾਹਮਣੇ ਆਏ ਇੱਕ ਦਿਨ ਦੇ ਵਿੱਚ 2186 ਕੇਸ ਸਾਹਮਣੇ ਆਏ ਨੇ ਜਿਦੇ ਨਾਲ ਗਿਣਤੀ 15770 ਦੀ ਹੋ ਚੁੱਕੀ ਹੈ ਤੇ ਮਰਨ ਵਾਲਿਆਂ ਦੀ ਗਿਣਤੀ ਵੀ 24 ਹੋ ਚੁੱਕੀ ਹੈ ਇੱਕ ਦਿਨ ਦੇ ਵਿੱਚ ਜਿਦੇ ਨਾਲ ਟੋਟਲ ਗਿਣਤੀ 130 ਹੋ ਗਈ ਹੈ ਜੀ ਰਸ਼ੀਆ ਦੇ ਵਿੱਚ ਇਸ ਮਹਾਮਾਰੀ ਦੇ ਨਾਲ ਮਰਨ ਮਰਨ ਵਾਲੇ ਬੰਦਿਆਂ ਦੀ ਸਪੇਨ ਦੇ ਵਿੱਚ ਟੋਟਲ ਜਿਹੜੀ ਗਿਣਤੀ ਮਰਨ ਵਾਲਿਆਂ ਦੀ ਹੋ ਚੁੱਕੀ ਹੈ ਜੀ 16972 ਬੰਦਿਆਂ ਦੀ ਟੋਟਲ ਗਿਣਤੀ ਹੋ ਚੁੱਕੀ ਹੈ ਜੀ ਇਹਦੇ ਨਾਲ ਬਹੁਤ ਹੀ ਜ਼ਿਆਦਾ ਬੰਦਿਆਂ ਦੀ ਮੌਤ ਹੋ ਰਹੀ ਹੈ ਸਪੇਨ ਵੀ ਬਹੁਤ ਹੀ ਇੱਕ ਦੁੱਖਪੜਾ ਦੁੱਖ ਭਰੀ ਸਿਚੁਏਸ਼ਨ ਦੇ ਵਿੱਚ ਨਾਜ਼ੁਕ ਸਿਚੁਏਸ਼ਨ ਦੇ ਵਿੱਚੋਂ ਲੰਘ ਰਿਹਾ ਜੀ ਤੇ ਚਲੋ ਚੰਗਾ ਜੀ ਸਾਸੀ ਗੱਲ ਸਾਰਿਆਂ ਨੂੰ ਇਹ ਸੀ ਸਾਡਾ ਅੱਜ ਦਾ ਸਵੇਰ ਦਾ ਅਪਡੇਟ ਅੱਜ ਦੇ ਸ਼ਾਮ ਦੇ ਅਪਡੇਟ ਦੇ ਵਿੱਚ ਅੱਪ ਤੁਹਾਨੂੰ ਮਿਲਾਂਗੇ ਸਗਰੀਬਨ 6:30 6:30 ਵਜੇ ਉਨਾ ਜੇ ਆਪਣਾ ਆਪਣੇ ਘਰ ਪਰਿਵਾਰ ਦਾ ਸਾਰਿਆਂ ਦਾ ਰੱਖਿਓ ਖਿਆਲ ਜੀ ਤੁਸੀਂ ਸੁਣਦੇ ਸੀ ਕੁਲਜੀਤ ਸਿੰਘ ਦੇ ਨਾਲ ਟੈਲਿੰਗ ਖੌਰਾ ਪੰਜਾਬੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ